ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਰਾਜ ਦੇ ਖੋਲ੍ਹੇ ਗਏ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਜਿੱਥੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਉੱਚਾ ਉਠਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਉੱਥੇ ਹੀ ਹੁਣ ਇਹਨਾਂ ਸੈਂਟਰਾਂ ਵਿੱਚ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਸਤਰ ਦੀ ਸਿਖਲਾਈ ਵੀ ਮਿਲਣ ਜਾ ਰਹੀ ਹੈ ਦਰਅਸਲ ਪੰਜਾਬ ਸਰਕਾਰ ਅਤੇ ਬ੍ਰਿਟੇਨ ਹਾਈ ਕਮਾਂਡ ਦੇ ਵਿੱਚ ਜੂਨ ਦੇ ਮਹੀਨੇ ਵਿੱਚ ਹੋਏ ਇੱਕ ਸਮਝੌਤੇ ਤਹਿਤ ਇਹ ਕਦਮ ਉਠਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਹੈਗੀ ਹੈ ਇੱਕ ਸਮਝੌਤਾ ਕੀਤਾ ਉਸ ਸਮਝੌਤੇ ਦੇ ਤਹਿਤ ਹੀ ਅੱਜ ਜਿਹੜੀ ਇੱਕ ਡੈਲੀਗੇਸ਼ਨ ਆਈ ਹੈ UK ਤੋਂ ਇਸ ਦੇ ਵਿੱਚ ਜਿਹੜੀਆਂ ਡਿਫਰੈਂਟ ਕੰਪਨੀਜ਼ ਹੈਗੀਆਂ ਨੇ ਉਹਨਾਂ ਨੂੰ ਅਸੀਂ ਆਪਣਾ ਜਿਹੜਾ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਸਾਡਾ ਇਨਫਰਾਸਟ੍ਰਕਚਰ ਹੈ ਉਹ ਦਿਖਾਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਗਰ ਇਹਨਾਂ ਦੇ ਨਾਲ ਸਾਡਾ MOU ਹੁੰਦਾ ਹੈ ਤਾਂ 3 ਜਿਹੜੇ ਕੋਰਸਿਸ ਨੇ ਕੁਲਿਨਰੀ ਕੋਰਸਿਸ ਹੈਗੇ ਨੇ ਮਤਲਬ ਖਾਣਾ ਵਗੈਰਾ ਪਕਾਉਣ ਦਾ ਅਤੇ ਉਹਨੂੰ ਸਰਵ ਕਰਨ ਦਾ ਜਿਹੜਾ ਕੋਰਸ ਹੈਗਾ ਮੈਸਨਰੀ ਦਾ ਕੋਰਸ ਹੈਗਾ ਇਹ ਜਿਹੜੇ ਕੋਰਸਿਸ ਹਨ ਇਹ ਕਰਵਾ ਕੇ ਇੱਥੋਂ ਬੱਚੇ ਅਗਰ ਇੱਕ ਸਕਸੈਸਫੁਲੀ ਪੂਰਾ ਕਰ ਲੈਂਦੇ ਨੇ ਕੋਰਸ ਤਾਂ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਬੜੀ ਸਹਿਜ ਦੇ ਨਾਲ ਅਤੇ ਸਹੀ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਨੌਕਰੀ ਮਿਲੇਗੀ ਔਰ ਇਸ ਦੇ ਨਾਲ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਉਹ ਹੋਰ ਵੀ ਜ਼ਿਆਦਾ ਸੁਰਨਿਮ ਹੋਵੇਗਾ ਬਹੁਤ ਵੱਡਾ ਇੱਕ ਅਸੀਂ ਇੱਕ ਸਟੈਪ ਲਿਆ ਜਿਹਦੇ ਵਿੱਚ ਪਹਿਲੀ ਵਾਰ ਇੰਡੀਆ ਦੇ ਵਿੱਚ ਇੱਕ ਹਾਈ ਕਮਿਸ਼ਨ ਦੇ ਨਾਲ ਇੱਕ MOU ਸਾਈਨ ਕੀਤਾ ਗਿਆ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨਾਲ ਇਸ ਤਰ੍ਹਾਂ ਦਾ MOU ਪਹਿਲੀ ਵਾਰ ਭਾਰਤ ਦੇ ਵਿੱਚ ਹੋਇਆ ਜਿਹਦੇ ਅੰਦਰ ਬੱਚਿਆਂ ਨੂੰ ਟ੍ਰੇਨ ਕਰਕੇ ਸਕਿੱਲ ਕਰਕੇ ਅਸੀਂ ਬਾਹਰ ਭੇਜਣ ਦਾ ਮੇਨ ਮੋਟੋ ਹੈ ਸਾਡਾ ਮਾਡਲ ਹੈ ਕਿ ਅਸੀਂ ਇੱਕ ਇੰਟਰਨੈਸ਼ਨਲ ਸਕਿੱਲ ਸੈਂਟਰ ਭੇਜੀਏ ਬਿਕੋਜ਼ ਜਿਹੜਾ ਪੰਜਾਬੀ ਯੂਥ ਹੈ ਇਹ ਬਾਹਰ ਜਾਣਾ ਚਾਹੁੰਦਾ ਹੈ ਐਂਡ ਇਹ ਬਾਹਰ ਜਾਣ ਦੇ ਲਈ ਬੜੇ ਇਲੀਗਲ ਰੂਟ ਦੇ ਥਰੂ ਬਾਹਰ ਜਾ ਰਹੇ ਆ ਤਾਂ ਗਵਰਨਮੈਂਟ ਆਫ ਪੰਜਾਬ ਨੇ ਡਿਸਾਈਡ ਕੀਤਾ ਕਿ ਅਸੀਂ ਇਹਨਾਂ ਨੂੰ ਇੱਕ ਲੀਗਲ ਰੂਟ ਦਈਏ ਇੱਕ ਐਸਾ ਮੈਕਾਨਿਜ਼ਮ ਦਈਏ ਥਰੂ ਵਿੱਚ ਇਹ ਬਾਹਰ ਜਾਣ ਬਟ ਇੱਕ ਲੀਗਲ ਰੂਟ ਨੂੰ ਫੋਲੋ ਕਰਕੇ ਜਾਣ ਉਹਦੇ ਅੰਦਰ ਅਸੀਂ 5 ਹਾਈ ਕਮਿਸ਼ਨਸ ਦੇ ਨਾਲ ਆਲਰੇਡੀ ਡਾਇਲੋਗ ਕਰ ਰਹੇ ਸੀ ਜਿਨ੍ਹਾਂ 'ਚੋਂ UK ਵਾਜ਼ ਵਨ ਆਫ ਦੈਮ ਅਮੈਰੀਕਾ ਆਸਟ੍ਰੇਲੀਆ ਹਾਂਜੀ ਜਰਮਨ ਐਂਡ ਕੈਨੇਡਾ ਜਿਹਦੇ 'ਚੋਂ ਪਹਿਲਾ ਜਿਹੜਾ MOU ਅਸੀਂ ਜੂਨ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਕੀਤਾ ਜਿਹਦੇ ਅੰਦਰ ਬ੍ਰਿਟਿਸ਼ ਹਾਈ ਕਮਿਸ਼ਨ ਸਾਨੂੰ ਆਪਣੀਆਂ ਜੋ ਲੀਡਿੰਗ ਏਜੰਸੀਜ਼ ਹੈ ਵਰਲਡ ਦੀਆਂ ਲੀਡਿੰਗ ਏਜੰਸੀਜ਼ ਜੋ ਪੰਜਾਬ 'ਚ ਆ ਕੇ ਬੱਚਿਆਂ ਨੂੰ ਤਿਆਰ ਕਰਨਗੀਆਂ ਬਾਹਰ ਭੇਜਣ ਦੇ ਲਈ ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ ਚੈਨਲ 2